ਨਮਸਕਾਰ, ਸਲਾਮ ਅਲੈਕੁਮ ਐਂਡ ਸਤਿ ਸ੍ਰੀ ਅਕਾਲ ਟੂ ਆਲ। ਜਿਹਨੇ ਤੂੰ ਬੇਸਣ ਦਾ ਪੂੜਾ, ਮੈਂ ਤਾਂ ਨਾ ਰਾਤ ਦਾ ਉਹ ਬੱਚਾ ਪਿਆ ਕੱਲ੍ਹ ਦਾ, ਕੀ ਹੈ ਉਹ, ਇੱਕ ਮਿੰਟ ਲੈ ਕੇ ਆਈ। ਓਕੇ ਓਕੇ ਓਕੇ, ਤੇ ਮੈਂ ਤਾਂ ਖਾ ਲਾਂਗੀ ਇਹ ਵੀ। ਸਬਜ਼ੀਆਂ ਤਾਂ ਹੈਗੀਆਂ ਨਾ ਘੱਟੋ ਘੱਟ, ਵੈਸੇ ਵੀ ਦਿਸ ਇਜ਼ ਮੇਡ ਆਫ ਸੂਜੀ। ਯਾ, ਤੇ ਬਾਕੀ ਤੁਸੀਂ ਕਹਿ ਰਹੇ ਹੋ ਪੂੜਾ, ਮੇਰਾ ਪੂੜਾ ਪੂੜਾ ਜਿਹੜਾ ਬੇਸਣ ਦਾ, ਇਸ ਤੇ ਆਪਾਂ ਕਿੰਨੀ ਵਾਰੀ ਬਣਾਉਂਦੇ ਹਾਂ, ਰੋਜ਼ ਬਣਾਉਂਦੇ ਹਾਂ, ਪਰ ਅੱਜ ਜਿਹੜਾ ਬਣਾ ਕੇ ਦਿਖਾਉਂਗੀ ਟਵਿਸਟ ਹੈ। ਓਕੇ, ਟਵਿਸਟ ਕਿਹੜਾ? ਕੁਛ ਅਲੱਗ ਤਾਂ ਲੱਗ ਨਹੀਂ ਰਿਹਾ। ਹਾਂ, ਲੱਗ ਨਹੀਂ ਨਾ ਰਿਹਾ, ਪਰ ਬਣੇਗਾ ਅਲੱਗ। ਚਲੋ ਜੀ, ਆਓ ਆਓ, ਖਾ ਕੇ ਪਤਾ ਚੱਲੇਗਾ। ਹਾਂ, ਦੋ ਤਿੰਨ ਕੜਛੀਆਂ ਬੇਸਣ ਦੀਆਂ ਬਿਨਾਂ ਨਾਪੇ ਧੋਲੇ ਲੈ ਲਓ, ਕੋਈ ਨਹੀਂ ਬਚ ਗਿਆ ਤੇ ਫੇਰ ਖਾ ਲਾਂਗੇ। ਤੇ ਵਿੱਚ ਇੱਕ ਜਿਹੜੀ ਕੜਛੀ ਹੈ ਉਹ ਪਾ ਲਓ ਸੂਜੀ ਦੀ, ਠੀਕ ਹੈ, ਇਹ ਕ੍ਰਿਸਪੀ ਕਰਨ ਵਾਸਤੇ। ਚਾਵਲ ਦਾ ਆਟਾ ਵੀ ਪਾ ਸਕਦੇ। ਤੇ ਫਿਰ ਇਹਦੇ ਵਿੱਚ ਥੋੜ੍ਹਾ ਜਿਹਾ ਨਮਕ ਪਾ ਕੇ, ਨਮਕ ਥੋੜ੍ਹਾ ਨਹੀਂ ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਨਮਕ ਪਾ ਕੇ, ਅਤੇ ਦਹੀਂ ਪਾ ਦਿਓ, ਠੀਕ ਹੈ। ਦਹੀਂ ਪਾਓ, ਦਹੀਂ ਜਿੰਨੀ ਤੁਹਾਡਾ ਜੀ ਕਰੇ, ਜਿੰਨੀ ਘਰ ਹੈਗੀ ਜੇ, ਗੁਆਂਢੀਆਂ ਕੋਲੋਂ ਨਹੀਂ ਮੰਗ ਕੇ ਲਿਆਉਣੀ, ਕਿਉਂਕਿ ਇੰਨੀ ਜ਼ਿਆਦਾ ਜ਼ਰੂਰੀ ਆਈਟਮ ਨਹੀਂ ਹੈਗੀ ਹੈ। ਅਤੇ ਇਹਨੂੰ ਹਿਲਾ ਹਲੂ ਕੇ, ਜੁਲਾ ਜੁਲੂ ਕੇ, ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਡੋਲ ਕੇ, ਪਾਣੀ ਜਿੰਨਾ ਪਾਉਣਾ ਉਨਾ ਥੱਲੇ ਡੋਲ, ਇਹ ਬੜਾ ਜ਼ਰੂਰੀ ਹੈ। ਅਤੇ ਜੇ ਇਹ ਨਾ ਡੁੱਲਿਆ ਤਾਂ ਫਿਰ ਪੂੜਾ ਨਹੀਂ ਜੇ ਵਧੀਆ ਬਣਨਾ, ਆਈ ਟਵਿਸਟ ਸੀਗਾ। ਅਤੇ ਆਹ ਲਓ ਜੀ, ਇਹਨੂੰ ਘੋਲ ਲਓ। ਸ਼ੈਫ, ਤੇ ਜਦੋਂ ਵੀ ਪੈ ਜਾਏ ਗੰਦ ਤਾਂ ਨਾਲੋ ਨਾਲ ਕਰੋ ਸਾਫ਼, ਇਹ ਇੱਕ ਸਿਆਣੀ ਅਤੇ ਸੁਆਣੀ ਦਾ ਕੰਮ ਹੁੰਦਾ ਕਿ ਖਲਾਰਾ ਨਾ ਪਾਵੇ, ਗੰਦ ਨਾ ਪਾਵੇ। ਜੇ ਸੱਸਾਂ ਨੂੰ ਦਿਸ ਜਾਏ ਗੰਦ ਪਾਵੇ, ਆਪ ਕਿੰਨਾ ਵੀ ਪਾਉਂਦੀਆਂ ਹੋਣ, ਤਾਂ ਨੋਹਾਂ ਵਾਸਤੇ ਤਾਂ ਬਣ ਜਾਂਦੀ ਹੈ ਮੁਸੀਬਤ, ਹਾਏ ਹਾਏ ਕਈਓ ਜਈ ਹੈ। ਦੇਖੋ ਜੀ, ਇਹ ਸੋਹਣੀਆਂ ਸੋਹਣੀਆਂ ਸਬਜ਼ੀਆਂ ਸਾਰੀਆਂ ਕੱਟੀਆਂ ਪਈਆਂ ਨੇ, ਤਵਾ ਆਪਣਾ ਗਰਮ ਹੋ ਗਿਆ ਵੇ, ਅਤੇ ਬੇਸਣ ਆਪਣਾ ਭੁੱਲ ਗਿਆ ਵੇ, ਅਤੇ ਤਵੇ ਨੂੰ ਸੋਹਣੀ ਜੀ ਕਰੀਮ, ਸੋਹਣਾ ਸੋਹਣਾ, ਪਤਾ ਕਿਵੇਂ ਹੁੰਦਾ ਦੇਖੋ, ਭਾਵੇਂ ਕਾਲਾ ਵੇ ਅਤੇ ਪਰ ਇਹ ਤਾਂ ਨਹੀਂ ਵੀ ਕਰੀਮ ਨਹੀਂ ਲਾ ਸਕਦਾ। ਕਰੀਮ ਲਾਓ ਔਰ ਇਹਨੂੰ ਚੁੱਪੜ ਕੇ, ਅਤੇ ਇਹ ਜਿਹੜਾ ਪੀਲਾ ਪੀਲਾ ਬੇਸਣ ਘੁੱਲਿਆ ਜੇ, ਇਹਨੂੰ ਇਹਦੇ ਉੱਤੇ ਪਾ ਕੇ ਅਤੇ ਸੋਹਣਾ ਜਿਹਾ ਫੈਲਾ ਲਓ। ਸਾਡੇ ਕੋਲ ਫੈਲਾਇਆ ਜਾਂਦਾ ਸੀ, ਅਸੀਂ ਫੈਲਾ ਲਿਆ, ਜੇ ਪਤਲਾ ਕਰਦੇ ਨਾ ਤਾਂ ਬਹੁਤ ਫੈਲ ਸਕਦਾ ਸੀ, ਪਰ ਫਿਰ ਨਹੀਂ, ਇਹ ਪੂੜਾ ਹੈ ਨਾ ਯਾਰ। ਇਹ ਦੇਖੋ ਹੁਣ ਕੀ ਹੈ, ਇੱਦਾਂ ਕਰਕੇ ਨਾ ਇਹ ਸਾਰੀਆਂ ਸਬਜ਼ੀਆਂ ਨੂੰ, ਇਹ ਟਵਿਸਟ ਹੈ ਵੀ ਇਹ ਸਬਜ਼ੀਆਂ ਜਿਹੜੀਆਂ ਥੱਲੇ ਰਲਾਉਣ ਦੀ ਬਜਾਏ, ਕਿਉਂਕਿ ਫਿਰ ਪੂੜੇ ਨੂੰ ਫੈਲਾਉਣਾ ਬੜਾ ਔਖਾ ਹੋ ਜਾਂਦਾ ਵੇ, ਇਹ ਫਿਰ ਨਾ ਫੈਲਦਾ ਨਹੀਂ ਹੈਗਾ। ਸਾਰੀ ਤਰ੍ਹਾਂ ਦੀਆਂ ਸਬਜ਼ੀਆਂ ਉੱਪਰ ਸਪਰੈਡ ਕਰੀ ਜਾਓ, ਥੋੜ੍ਹੀਆਂ ਥੋੜ੍ਹੀਆਂ, ਅਤੇ ਹਰੀਆਂ ਮਿਰਚਾਂ ਬਹੁਤੀਆਂ ਸਾਰੀਆਂ, ਇਹਨਾਂ ਨੂੰ ਇੱਦਾਂ ਸਪਰੈਡ ਕਰ ਦਿਓ। ਫਿਰ ਧਨੀਆ ਕਰ ਦਿਓ, ਧਨੀਆ ਰੁੱਸ ਜਾਂਦਾ ਜੇ, ਕਹਿੰਦਾ ਹਾਇਆ ਇਹ ਤੇਰਾ ਮੈਂ ਕੀ ਵਿਗਾੜਿਆ, ਨਾ ਨਾ ਕੁਛ ਨਹੀਂ ਵਿਗਾੜਿਆ। ਹੁਣ ਬੜੀ ਇੰਪੋਰਟੈਂਟ ਗੱਲ ਹੈਗੀ ਜੇ, ਹੁਣ ਇੰਪੋਰਟੈਂਟ ਗੱਲ ਇਹ ਵੇ ਵੀ ਇਹਨੂੰ ਇੰਜ ਇੰਜ ਕਰਕੇ ਸਾਰੇ ਨੂੰ ਚਮਚੇ ਦੇ ਨਾਲ ਦੱਬ ਲਓ। ਇਹ ਡੀਂਗਾ ਟੇਢਾ ਜੋ ਪੂੜਾ ਹੈ ਹਮਾਰਾ ਬਣ ਗਿਆ। ਅਬ ਇਸਕੇ ਉੱਪਰ ਨਾ ਜ਼ਰਾ ਸਾ ਯਹਾਂ ਓਇਲਿੰਗ ਕਰੇਂਗੇ, ਵੋ ਇਸ ਲਈ ਕਿ ਸਬਜ਼ੀ ਬੋਲਾ ਹਿੰਦੀ, ਇਸ ਲਈ ਕਿ ਇਹ ਪੱਕ ਵਧੀਆ ਜਾਵੇ। ਕੋਈ ਗੱਲ ਇਹ ਵੇ ਵੀ ਆਸ ਤੋਂ ਬਿਨਾਂ
ਮਤਲਬ ਇਹਦਾ ਕੋਈ ਨਾਸ਼ਤਾ ਤਾਂ ਬਿਨਾਂ ਨਹੀਂ ਆ ਕੀ ਕਰੇ ਜਦ ਤੱਕ ਹੋ ਤੁਮ ਜਦੋਂ ਤੁਸੀਂ ਪੂਰਾ ਪਾਣੀ ਹੋ ਨਾ ਤੇ ਉਹ ਫੈਲਦਾ ਨਹੀਂ ਚੁੱਕਦਾ ਜਦੋਂ ਸਬਜ਼ੀਆਂ ਵਿੱਚ ਪਹਿਲਾਂ ਬਿਨਾਂ ਉਹਦੇ ਪਾ ਕੇ ਅਤੇ ਉਹ ਤੋਂ ਬੇਸ਼ੱਕ ਉਹ ਕੱਚਾ ਹੀ ਹੁੰਦਾ ਰੋਜ਼ਰੀ ਦਾ ਹਾਂ ਅਤੇ ਤੁਸੀਂ ਉਹਦੇ ਵਿੱਚ ਨਾ ਐਂ ਕਰਕੇ ਪ੍ਰੈਸ ਕਰਕੇ ਕੋਈ ਵੀ ਸਬਜ਼ੀ ਪਾ ਲਿਓ ਅਤੇ ਉਹ ਪੂਰਾ ਬਣਾ ਬਹੁਤ ਵਧੀਆ ਵਾ ਠੀਕ ਹੈ ਮੈਂ ਤਾਂ ਲੈ ਲਓ ਤੁਹਾਡਾ ਵੀ ਨਾਸ਼ਤਾ ਇਹ ਬੇਸਣ ਦਾ ਪੂਰਾ ਜਿਹਨੀਆਂ ਦੀ ਡਾਇਟ ਵਿੱਚ ਹੈ ਅਤੇ ਮੈਂ ਕਿਹਾ ਤੁਹਾਨੂੰ ਕਰਨ ਨੂੰ ਕੀ ਅਰਜੇ ਇੱਕ ਨਾ ਡਾਇਟ ਫੋਲੋ ਕਰਨ ਵਾਲੀ ਮੈਂ ਹੀ ਹਾਂ ਜਿਹੜੀ ਖਾ ਰਹੀ ਹਾਂ ਪਾਸ ਕੱਲ੍ਹ ਦਾ ਬੱਚਿਆ ਹੋਇਆ ਕਿਉਂਕਿ ਤੁਹਾਡੀ ਨਾਲ ਫਾਈਬਰ ਵੀ ਚਲਾ ਜਾਂਦਾ ਵਿਟਾਮਿਨ ਚਲੇ ਜਾਂਦੇ ਕੋਸ਼ਿਸ਼ ਇਹੀ ਕਰਦੀ ਹਾਂ ਮੈਂ ਅਸੀਂ ਤਾਂ ਵੈਸੇ ਕਈ ਵਾਰੀ ਗਾਜਰ ਔਰ ਬੀਨਸ ਵੀ ਪਾ ਲੈਂਦੇ ਹਾਂ ਨਾਲ ਦੇ ਹਰੀ ਚਟਨੀ ਦੋ ਸਬਜ਼ੀਆਂ ਚਟਨੀ ਗ੍ਰੀਨ ਚਟਨੀ ਨਾਲ ਬਹੁਤ ਮਜ਼ਾ ਗ੍ਰੀਨ ਚਟਨੀ ਬਣੀ ਹੈ ਜੀ ਪੁਦੀਨਾ ਧਨੀਆ ਅਨਾਰਦਾਨਾ ਹਰੀ ਮਿਰਚ ਤੇ ਥੋੜਾ ਜਿਹਾ ਚਟਨੀ ਬਹੁਤ ਜ਼ਰੂਰੀ ਹੈ ਕਹਿੰਦੇ ਡਾਈਟ ਇਜ਼ ਬਿਕੋਜ਼ ਇਟ ਏਡਸ ਡਾਈਜੈਸ਼ਨ ਯਾ ਬਹੁਤ ਅੱਛਾ ਹੈਲਪ ਕਰਦੀ ਹੈ ਉਹਨੂੰ ਡਾਈਜੈਸਟ ਕਰਨ ਹੋਰ ਅੱਜ ਦਾ ਕੀ ਪ੍ਰੋਗਰਾਮ ਹੈ ਜੀ ਤੁਹਾਡਾ ਅਵਨੀਤ ਨਾਲ ਗੱਲਬਾਤ ਕਰਨੀ ਹੈ ਜੀ ਮੈਂ ਕਹਿ ਰਹੀ ਹਾਂ ਹਰਿਆਣੇ ਕੇ ਛੋਰੇ ਛੋਰੀਆਂ ਤੋਂ ਗੇਮਸ ਮੇ ਓਲੰਪਿਕਸ ਮੇ ਯੂੰ ਉੱਪਰ ਜਾ ਰਹੇ ਹੈ ਜੈਸੇ ਆਸਮਾਨ ਮੇ ਉੜ ਰਹੇ ਹੋ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਜੁੜਨ ਵਾਸਤੇ ਬਾਏ ਬਾਏ ਥੈਂਕ ਯੂ